ਸਸਰੀਏ ਸਾਰੇ ਵੀਰਾਂ ਨੂੰ ਅੱਜ ਇਹ ਵੀਡੀਓ ਪਾਉਣ ਦਾ ਮਕਸਦ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਅੱਜ ਮੈਨੂੰ ਇੱਕ ਚਿੱਠੀ ਮਿਲੀ ਜਿਹਦੇ ਉੱਤੇ ਮੇਰਾ ਨਾਮ ਮੋਬਾਈਲ ਨੰਬਰ ਜੋ ਮੈਂ ਤੁਹਾਡੇ ਸਾਹਮਣੇ ਕੱਟ ਦਿੱਤਾ ਤੇ ਰিসিਵ ਹੋਈ ਤੇ ਮੈਂ ਜਾ ਕੇ ਰিসিਵ ਕਰਕੇ ਲਿਆਇਆ ਜਦੋਂ ਇਹਨੂੰ ਮੈਂ ਚਿੱਠੀ ਨੂੰ ਖੋਲ੍ਹਿਆ ਇਹਦੇ ਉੱਤੇ ਕਲਕੱਤੇ ਦਾ ਐਡਰੈਸ ਲਿਖਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਲਕੱਤੇ ਦਾ ਐਡਰੈਸ ਹੈ ਤੇ ਇਹਦੇ ਵਿੱਚੋਂ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ ਇਦੇ ਵਿੱਚੋਂ ਮੈਂ ਜਦੋਂ ਖੋਲਿਆ ਤਾਂ ਇੱਕ ਬਹੁਤ ਹੀ ਸੋਹਣਾ ਮਤਲਬ ਕੁੱਪਨ ਨਿਕੜਿਆ ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਤੁਸੀਂ ਸਕ੍ਰੈਚ ਕਰੋ ਤਾਂ ਜਦੋਂ ਮੈਂ ਸਕ੍ਰੈਚ ਕੀਤਾ ਤਾਂ 9.5 ਲੱਖ ਰੁਪਈਆ ਉਹਨਾਂ ਨੇ ਸ਼ੋਅ ਕੀਤਾ ਮੈਨੂੰ ਤੇ ਮੈਂ ਫਿਰ ਆਇਆ ਮੁੱਦੇ ਤੇ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਉਣਾ ਚਾਹੁੰਦਾ ਇਹਦੇ ਤੇ ਲਿਖਿਆ ਗਿਆ ਹੈ ਕਿ ਤੁਸੀਂ ਸਨੈਪ ਡੀਲ ਦੇ ਕਸਟਮਰ ਹੋ ਕਿ ਤੁਹਾਡਾ ਇਹ ਨੰਬਰ ਹੈ ਤੁਸੀਂ ਇਹ ਮਤਲਬ ਕਾਰਡ ਦਾ ਸਕ੍ਰੈਚ ਕਰਕੇ ਤੁਸੀਂ ਆਪਣੀ ਡਿਟੇਲ ਦੇਖੋ ਧਿਆਨ ਨਾਲ ਦੇਖੋ ਮੇਰੇ ਵੀਰ ਅਕਾਊਂਟ ਹੋਲਡਰ ਨੇਮ ਬੈਂਕ ਅਕਾਊਂਟ ਨੰਬਰ ਆਈ ਐਫ ਐਸ ਆ ਕੋਡ ਮੋਬਾਈਲ ਨੰਬਰ ਪੈਨ ਨੰਬਰ ਬ੍ਰਾਂਚ ਨੇਮ ਬ੍ਰਾਂਚ ਬੈਂਕ ਨੰਬਰ ਆਧਾਰ ਨੰਬਰ ਇੱਥੋਂ ਤੱਕ ਕਿ ਇਹ ਬੰਦਿਆਂ ਨੇ ਸਨੈਪ ਡੀਲ ਦੀ ਪ੍ਰਾਈਵੇਟ ਲਿਮਟ ਦੀ ਮੋਹਰ ਵੀ ਲਵਾਈ ਹੋਈ ਹੈ ਲਾਈ ਹੋਈ ਹੈ ਤੇ ਐਡਰੈਸ ਵੀ ਪੂਰਾ ਪਾਇਆ ਹੈ ਕਲਕੱਤੇ ਦਾ ਮੈਂ ਆਨਲਾਈਨ ਸਰਚ ਕੀਤੀ ਸੀ ਕਿ ਜਦ ਕਿ ਇਹਨਾਂ ਦਾ ਹੈੱਡ ਆਫਿਸ ਸਨੈਪ ਡੀਲ ਦਾ ਦਿੱਲੀ ਹੈ ਉਸ ਤੋਂ ਬਾਅਦ ਮੇਰਾ ਵੀਰ ਮੈਂ ਇਸ ਨੰਬਰ ਤੇ ਫੋਨ ਕੀਤਾ ਮੈਂ ਕਹ ਦੇਖਿਓ ਤੁਸੀਂ ਕੀ ਕੀ ਕਰਦੇ ਮੈਨੂੰ ਸਮਝਦਾ ਮੈਂ ਆ ਗਿਆ ਸੀ ਕਿ ਇਹ ਫੇਕ ਕੰਮ ਹੈ ਪਰ ਮੇਰਾ ਵੀਰ ਜਦੋਂ ਮੈਂ ਫੋਨ ਕੀਤਾ ਪਹਿਲਾਂ ਤਾਂ ਉਹਨੇ ਬੰਦੇ ਨੇ ਮੈਨੂੰ ਵਧਾਈ ਦਿੱਤੀ ਕਿ ਤੁਹਾਨੂੰ ਕੁੱਪਨ ਲਿਖੜਾ ਹੈ 99 ਲੱਖ ਰੁਪਏ ਬਣ ਗਿਆ ਤੁਹਾਡਾ ਤਾਂ ਤੁਸੀਂ ਆ ਮੈਨੂੰ ਕਰ ਦਿਓ ਬੰਦੇ ਤੇ ਦੇਖੋ ਕੰਫੀਡੈਂਸ ਲੈਵਲ ਇੰਨਾ ਸੀ ਬੰਦਾ ਕਹਿੰਦਾ ਪੈਨ ਕਾਰਡ ਪੈਨ ਨੰਬਰ ਤੇ ਆਧਾਰ ਨੰਬਰ ਮੈਨੂੰ ਨਾ ਦੋ ਤਾਂ ਕੋਈ ਚੱਕਰ ਨਹੀਂ ਠੀਕ ਹੈ ਮੈਂ ਫਿਰ ਬੰਦੇ ਨੂੰ ਪ੍ਰੋਪਰਲੀ ਕਿਹਾ ਮੈਂ ਨੇ ਕਿਹਾ ਤੁਸੀਂ ਕਿਉਂ ਠੱਗੀਆਂ ਮਾਰਦੇ ਹੋ ਕਿਉਂ ਲੁੱਟਾ ਕਰਦੇ ਹੋ ਤਾਂ ਬੰਦਾ ਮੈਨੂੰ ਕੋ ਕਹਿੰਦਾ 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 ਕਿਉਂ ਦਿਮਾਗ ਮੇਰਾ ਖਾਤਾ ਹੈ ਕਿ ਤੁਸੀਂ ਹੋਰ ਕੰਮ ਕਰ ਲਓ ਕਿਉਂਕਿ ਇਹਦਾ ਅਸੀਂ ਅਸੀਂ ਠੱਗੀਆਂ ਹੀ ਮਾਰਾਂਗੇ ਇਸ ਕਰਕੇ ਮੇਰੇ ਇਸ ਚੀਜ਼ ਵੀਡੀਓ ਬਣਾਉਣ ਦਾ ਮਕਸਦ ਆ ਜੇ ਸੀ ਕਿ ਕੋਈ ਵੀ ਮੇਰਾ ਵੀਰ ਇਹ ਚੀਜ਼ ਨੂੰ ਦੇਖ ਕੇ ਕਿ ਕੁਪਨ ਬੜਾ ਸੋਹਣਾ ਹੈ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਕਿ ਕਿਤੇ ਤੁਸੀਂ ਆਪਦਾ ਪਰਸਨਲ ਡਿਟੇਲ ਪਾ ਕੇ ਕਿਤੇ ਸਨੈਪ ਡੀਲ ਵਾਲੇ ਚੱਕਰਾਂ 'ਚ ਪੈ ਕੇ ਕਿ 9.5 ਲੱਖ ਰੁਪਏ ਮਿਲੂਗਾ ਉਹ ਨਾ ਕਰ ਦਿਓ ਮਤਲਬ ਸੈਂਡ ਨਾ ਕਰ ਦਿਓ ਕਿ ਕਿਤੇ ਫਿਰ ਦਿੱਕਤ ਆਵੇ ਤੁਹਾਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ